ਤੋ ਤੁਹਾਡਾ ਸਾਰਿਆਂ ਸਵਾਗਤ ਹੈ ਆਪਣੇ YouTube ਚੈਨਲ HK Abree ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਆਠਵੀਂ ਜਮਾਤ ਦਾ ਜੋ ਪੰਜਾਬੀ ਵਿਸ਼ਾ ਪੇਪਰ ਹੋਣ ਵਾਲਾ ਸੈਪਟੰਬਰ ਐਗਜ਼ਾਮ 2024 ਦਾ ਉਹ ਲੈ ਕੇ ਆ ਚੁੱਕੇ ਹਾਂ ਬਿਟ ਫੁੱਲ ਸੋਲਵ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਪਹਿਲੇ ਸਬਸਕ੍ਰਾਈਬ ਕਰ ਦੇਣਾ ਜਿਸੇ ਤੁਹਾਨੂੰ ਆਪਣੀ ਹਰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਪ੍ਰਸ਼ਨ ਨੰਬਰ 1 ਸੁੰਦਰ ਲਿਖਾਈ ਦੇ ਅੰਕ ਬੱਖੇ ਦਿੱਤੇ ਜਾਣਗੇ ਕੁੱਲ ਮਿਲ ਕੇ 5 ਅੰਕ ਹੋਣਗੇ ਸੁੰਦਰ ਲਿਖਾਈ ਦੇ ਦੂਸਰੇ ਹੈਗਾ ਇਹ ਤਾਂ ਲਿਖੇ ਪਹਿਲੇ ਨੂੰ ਪੜ੍ਹ ਕੇ ਪ੍ਰਸ਼ਨ ਦੀ ਉੱਤਰ ਦਿਓ प्रश्न नंबर एक हर रोज़ शाम सियाने केहो जिंह कहानियां सुनते हैं इधर आसरा जो नरक सुरग इडी और दूसरा बच्चे के खेत बच की प्राप्त होंगे साजो सुरग इडी अगर तीसरा सब तो बड़ा नरक है मदरसा मदरसा सब तो बड़ा नरक अगर चौथा अनजाने राह उत्ते कि चीज़ घाट लाई खरौती होंगी है इदाजू नरक अगर पाँच ਸਾਨੂੰ ਬੱਚਿਆਂ ਨੂੰ ਸਾਨੂੰ ਬੱਚਿਆਂ ਨੂੰ ਪੈ ਸਕ ਕਿਹੜੀ ਚੀਜ਼ ਪ੍ਰਤੀਤ ਹੁੰਦੀ ਹੈ ਇਹਨਾਂ ਅਸਰ ਸੜਕ ਨੂੰ ਲੰਘਣਾ ਅੱਗੇ ਕਿ ਤੀਸਰਾ ਕੀ ਤਰੀਕੇ ਪੈਲ ਨੂੰ ਪੜ ਕੇ ਪ੍ਰਸ਼ਨ ਦੇ ਉੱਤਰ ਦਿਓ ਪਹਿਲੇ ਹੈਗਾ ਤੂਫਾਨ ਕਿੱਥੇ ਆਇਆ ਸੀ ਰੇਤ ਥਲ ਵਿੱਚ ਅਗੀ ਦੂਸਰਾ ਪਿਖੂ ਨੇ ਕਿਸ ਨੂੰ ਕੁੱਟ ਕੇ ਫੜਿਆ ਹੋਇਆ ਸੀ ਇਹਨਾਂ ਅਸਰ ਜੋ ਪਤਨੀ ਤੇ ਪੁੱਤਰ ਨੂੰ ਤੀਸਰਾ ਪਿਖੂ ਦੀ ਜਾਨ ਕਿਸੇ ਨੇ ਕਿਸਨੇ بچਾਈ ਪਿਖੂ ਹੋਰਾਂ ਦੀ ਜਾਨ ਕਿਸਨੇ بچਾਈ ਇਹਨਾਂ ਅਸਰ ਜੋ ਉੜਾ ਇੱਕ ਦਰ ਇੱਕ ਰੁੱਖ ਨੇ ਲਖ ਚੌਥਾ ਹਰੀਆਬਲ ਦੀ ਤਾਜ਼ਗੀ ਕਿੱਥੇ ਸੀ ਇਹਦਾ ਅੰਸਰ ਸੁੱਕਦੇ ਪੱਤਿਆਂ ਵਿੱਚ ਊੜਾ ਅਗੇ ਪੰਜਵਾਂ ਪਿਖੂ ਨੇ ਕਿਸ ਤਰ੍ਹਾਂ ਅੰਦਾਜ਼ਾ ਲਾਇਆ ਕਿ ਉੱਥੇ ਇੱਥੇ ਨੇਰੇ ਪਾਣੀ ਹੈ ਇਹਦਾ ਅੰਸਰ ਸੁੱਕਦੀ ਹਰੀਆਬਲ ਤੋਂ ਅਗੇ ਚੌਥਾ ਬਸਤੂਨਿਸ਼ਟ ਪ੍ਰਸ਼ਨ ਆਗੇ ਪਹਿਲਾ ਹੈਗਾ ਮੋਹਨ ਸਿੰਘ ਦੇ ਮੁੰਡੇ ਦਾ ਵਿਆਹ ਲਈ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਗਿਆ ਬਾਕ ਵਿੱਚ ਆਮ ਨਾਮ ਚੁਣੋ ਇਹਦਾ ਅੰਸਰ ਹੋਇਆ ਮੋਹਨ ਸਿੰਘ ਮੋਹਨ ਸਿੰਘ ਇੱਕ ਨਾਮਾ ਮਤਲਬ ਆਮ ਨਾਮ ਅਗੇ ਦੂਸਰਾ ਕਿ ਖਿਡਾਰੀ ਸ਼ਬਦ ਦਾ ਲਿੰਗ ਬਦਰੋ ਖਿਡਾਰੀ ਖਿਡਾਈ ਦਾ ਲਿੰਗ ਬਦਰੋ ਮਤਲਬ ਖਿਡਾਰੀ ਖਿਡਾਰਨ ਮਤਲਬ ਇਹ ਈ ਆ ਜੂਗੀ ਅਗੇ ਤੀਸਰਾ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਅਕਲਮਕ ਕਿਰਿਆ ਤੇ ਸ਼ਕਲਮਕ ਕਿਰਿਆ ਅਗੇ ਪ੍ਰਸ਼ਨ ਨੰਬਰ 5 ਸਹੀ ਗਲਤ ਦੱਸੋ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਇਹ ਸਹੀ ਹੈ ਮੈਂ ਰਾਤੋਂ ਰਾਤ ਦਿੱਲੀ ਗਿਆ ਵਾਕ ਵਿੱਚ ਸੰਖਿਆਤਮਕ ਬਾਚਕ ਕਿਰਿਆ ਵਿਸ਼ੇਸ਼ਣ ਹੈ ਇਹ ਗਲਤ ਹੈ ਤੀਸਰਾ ਹੈਗਾ दिल्ली हिमालय खास दिल्ली हिमालय खास ਨਮ ਹਨ ਇਹ ਸਹੀ ਹੈ ਕਿਉਂਕਿ ਦਿੱਲੀ ਦੇ ਹਿਮਾਲਿਆ ਇੱਕ ਖਾਸ ਜਗ੍ਹਾ ਦਾ ਨਾਮ ਹਨ ਅਗੇ ਖਾਲੀ ਸਥਾਨ ਪ੍ਰੋ ਪਹਿਲੇ ਕ ਗਰਮੀ ਗਰਮੀ ਸਰਦੀ ਜਵਾਨੀ ਡੈਸ਼ ਨਾਮ ਹਨ ਗਰਮੀ ਸਰਦੀ ਜਵਾਨੀ ਬੁੜਾਪਾ ਨਾਮ ਹਨ ਅਗੇ ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਹ ਡੈਸ਼ ਪੁਰਖ ਹੁੰਦਾ ਹੈ ਇਹਦਾ ਅਨਸਰ ਜੋ ਤੀਸਰਾ ਪੁਰਖ ਜਿਹੜੇ ਸ਼ਬਦ ਕਿਸੇ ਨਾਮ ਜਾਂ ਪਰਿਨਾਮ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਉਹਨਾਂ ਦਾਸ਼ ਕਹਿੰਦਿਆ ਨੇ ਇਹਦਾ ਸਭ ਤੋਂ ਵਿਸ਼ੇਸ਼ਣ ਅਗੇ ਚੌਥਾ ਪਸ 7ਵਾਂ ਹੈਗਾ ਮਿਲਾਨ ਕਰੋ ਆਕਾਸ਼ਦੀਪ ਇੱਕ ਨਾਮਾ ਆਮਨਾਵਾ ਅਗੇ ਹਿਮਾਚਲ ਪ੍ਰਦੇਸ਼ ਇੱਕ ਖਾਸ ਨਾਮਾ ਸੋਹਪਣ ਭਾਵਵਚਕ ਨਾਮਾ ਲੋਹਾ ਵਸਤੂਵਚਕ ਨਾਮਾ ਜਮਾਤ ਇਕੱਠਵਚਕ ਨਾਮਾ ਅਗੇ 8ਵਾਂ ਕਿਸੇ ਇੱਕ ਦਾ ਭਾਵ ਸਪਸ਼ਟ ਕਰੋ ਲਹੂ ਦਾ ਲਹੂ ਦੇ ਸੰਗ ਲਿਖੀ ਗਈ ਹੈ ਅਨਖ ਤੇਰੀ ਦੀ ਲੰਮੀ ਗਾਠਾ ਇਦਾ ਜੂਆ ਕਭੀ ਕਹਿੰਦਾ ਹੈ हे ਭਾਰਤ ਮਾਤਾ ਅਸੀਂ ਸਦਾ ਅਸੀਂ ਤੇਰੀ ਸਦਾ ਜੈ ਜੈਕਾਰ ਕਰਦੇ ਹਾਂ ਤੇਰੀ ਸੈ ਸਤਿਕਾਰ ਬਣਾਉਂਦੀ ਖਤ ਸਦਕ ਸਦਕੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਲੰਮੀ ਕਹਾਣੀ ਖੂਨ ਨਾਲ ਲਿਖੀ ਗਈ ਹੈ ਅਰਥਾਤ ਜਦੋਂ ਵੀ ਤੇਰੇ ਸੈ ਸੰਤੀਤਾਕਾਰ ਦੀਪ ਰੱਖੇ ਦੀ ਪ੍ਰਸ਼ਨ ਪੈਦਾ ਹੋਇਆ ਤਾਂ अनेका ਸਰਲਥ ਜੋਧੇ ਨੇ ਤਰਵਾਰਾਂ ਦੀ ਸ਼ਾਂਹ ਹੇਠਾਂ ਹੇਠਾ ਜੁਧ ਕਰਕੇ ਗੋਰੀਆਂ ਦੀ ਵਿਸ਼ਾਦਾ ਅੱਗੇ ਹਿੱਕਾ ਦਾ ਕਿ ਆਪਣੇ ਲਹੂ ਦੋਲੇ ਅਤੇ ਫਾਂਸੀ ਫਾਂਸੀ ਦੇ ਸੰਚਮਕ ਆਪਣੇ ਜਾਨ ਬਾਰੀਆਂ ਨੇ ਹੀ ਅਜੀਹੇ ਸ਼ਾਨਦਾ ਇਤਿਹਾਸ ਦੀ ਮਾਲਕ ਪਾਲਤ ਮਤਾ ਅਸੀਂ ਸਦਾ ਤੇਰੀ ਜਿੱਤ ਦੀ ਇੱਛਾ ਕਰਦੇ ਹੋਏ ਤੇਰੀ ਜੈ ਜੇਕਾਰ ਜੇ ਜੇਕਾਰ ਬੁਲਾਉਂਦੇ ਹਾਂ ਜੈਦਾ ਜੇ ਦਾ ਆਪਸ਼ਨ ਤੇ ਹੈਗਾ ਲਾਤੂ ਬਾਂਗੂ ਧੂਰੀ ਦਵਾਲੇ ਰਹਾ ਕੁੰਮ ਦੀ ਆਪਣੀ ਚਾਲੀ ਕੁੰਮ ਨਕਾਨ ਨੇ ਦਿਨ ਤੇ ਰਾਤ ਬੰਦੇ ਦਿਨ ਤੇ ਰਾਤ ਬਾਰੋ ਬਾਰੀ ਮਾਨ ਚਾਟ ਨਿਦਾਂ ਸਹਜਾ ਤਰਤੀ ਕਹਿੰਦੀ ਹੈ ਕਿ ਮੇ ਲਾਤੂ ਬੰਗ ਆਪਣੇ ਤੁਰੀ ਦੁਆਲੇ ਆਪਣੀ ਵਜੀ ਚਾਰੇ ਵਿੱਚ ਘੁੰਮਦੀ ਰਹਿੰਦੀ ਹਾਂ ਮੇਰ ਕੋ ਮਨ ਨਾਲ ਦਿਨ ਦਿਨ ਤੇ ਰਾਤ ਬਾਰੋ-ਬਾਰ ਦਿਨ ਅਤੇ ਰਾਤ万 ਵਧਨ ਅਗਿ ਨੋਮਾ ਹੈਗਾ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਪ੍ਰਸ਼ਨ ਦੀ ਉੱਤਰ ਦਿਓ ਜੇ ਪਹਿਲੇ ਹੈਗਾ ਲੇਖਕ ਅਤੇ ਉਸ ਦੀ ਭੈਣ ਨੂੰ ਬੱਚੇ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਤੇ ਕਿਉਂ ਲੇਖਕ ਅਤੇ ਉਸ ਦੀ ਭੈਣ ਨੂੰ ਹਰ ਰੋਜ਼ ਇੱਕ ਵਾਰ ਡਰਾਉਣੀ ਜਰਨਰੀ ਸੜਕ ਪਾਰ ਕਰਕੇ ਖੇਤ ਵਿੱਚ ਜਾਣਾ ਪੈਂਦਾ ਸੀ ਕਿਉਂਕਿ ਉੱਥੇ ਉਹਨਾਂ ਦੇ ਕੰਮ ਕਰਦੇ ਬਾਪੂ ਨੂੰ ਕਾਮੇ ਦੀ ਰੋਟੀ ਫੜਾਉਣੀ ਹੁੰਦੀ ਸੀ ਹੈਗੀ ਦੂਸਰਾ ਹੈਗਾ ਸਮੇਂ ਦੇ ਬੀਤਨ ਨਾਲ ਸਮੇਂ ਦੀ ਬੀਤਨਾਰ ਇਸ ਮੇਲੇ ਵਿੱਚ ਕਿਹੜਾ ਅੰਤਰ ਦੇਖਣ ਨੂੰ ਮਿਲਦਾ ਹੈ ਸਮੇਂ ਦੀ ਬੀਤਨਾਰ ਇਸ ਮੇਲੇ ਵਿੱਚ ਰੰਗਤੰਗ ਬਦਲ ਗਿਆ ਹੈ ਹੁਣ ਹੁਣ ਇਸ ਇਸ ਹੁਣ ਇਸ ਇਸ ਵਿੱਚ ਪੁਰਾਣੀ ਤਕਨੀਕਾ ਦੀਆਂ ਫੋਟੋਗ੍ਰਾਫੀਆਂ ਦੀਆਂ ਦੁਕਾਨਾਂ ਨਹੀਂ ਦਿਖਾਈ ਦਿੰਦੀਆਂ ਬਲਦਾਂ ਦੀ ਲਗਦੀ ਭਾਰੀ ਮੰਡੀ ਵੀ ਕਈ ਸਾਲਾਂ ਤੋਂ ਗਾਇਬ ਹੈ ਸ਼ਿੰਗਾਰੇ ਹੋਏ ਉਹ ਸ਼ਿੰਗਾਰੇ ਹੋਈ ਉਹਨਾਂ ਦੀ ਮੰਡੀ ਨੂੰ ਵੀ ਹੁਣ ਰਵਾਇਤੀ ਮਾਤਰਾ ਰਹੀ ਗਈ ਹੈ ਕੋਈ ਵੇਲਾ ਸੀ ਜਦੋਂ ਪਸ਼ੂਆਂ ਦੇ ਵਪਾਰ ਦੂਰ ਦਰਾਂ ਦੇ ਇਲਾਕਿਆਂ ਤੋਂ ਆਉਂਦੇ ਸਨ ਅਤੇ ਲਹੌਰ ਤੋਂ ਆਈਆਂ ਹੱਟੀਆਂ ਤੇ ਇਸ ਮਿਲੇ ਦਾ ਸ਼ਿੰਗਾਰ ਬੰਦੇ ਸਨ। ਨਿਕਤੀਸ ਰਹਿਗਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ? ਉਹਨਾਂ ਦੇ ਮਾਤਾ ਪਿਤਾ ਦਾ ਨਾਮ ਕੀ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ ਅਤੇ ਮਾਤਾ ਜੀ ਦਾ ਨਾਮ ਬੀਬੀ ਪਾਨੀ ਸੀ। ਅਗਿ ਚੌਥਾ ਹੈਗਾ ਰੂਪਨਗਰ ਸਹਿਲ ਦਾ ਪਹਿਲਾ ਨਾਮ ਕੀ ਸੀ? ਇਸ ਦਾ ਵਰਤਮਾਨ ਨਾਮ ਕਦੋਂ ਰੱਖਿਆ ਗਿਆ? ਰੂਪ ਨਗਲ ਦਾ ਪਹਿਲਾ ਨਾਮ ਰੂਪਰਸੀ ਇਹਦਾ ਵਰਤਮਾਨ ਨਾਮ 26 ਨਵੰਬਰ 1976 ਰੁੱਖ ਹੈਗਾ ਸੀ ਅਗੇ ਪੰਜਵਾਂ ਹੈਗਾ ਬਾਬਾ ਫਰੀਦ ਜੀ ਦਾ ਜਨਮ ਕਦੋਂ ਜਨਮ ਕਦੋਂ ਅਤੇ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਬਾਬਾ ਫਰੀਦ ਜੀ ਦਾ ਜਨਮ 1273 ਈਸਵੀ ਨੂੰ ਮਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਸ਼ੇਖ ਜਮਾਲਉਦੀਨ ਦੇ ਮਾਤਾ ਦਾ ਨਾਮ ਅਤੇ ਮਾਤਾ ਦਾ ਨਾਮ ਕਰਮਸੀ ਅਗੇ ਛੇਮਾ ਹੈਗਾ ਆਲਮ ਨੂੰ ਆਪਣੇ ਬਾਪੂ ਪੀਖੂ ਅਤੇ ਫਕੀਰ ਵਿਚਕਾਰ ਹੋਈ ਗੱਲਬਾਤ ਤੋਂ ਕੀ ਪੇਰਨਾ ਮਿਲਦੀ ਹੈ ਆਲਮ ਨੂੰ ਆਪਣੇ ਬਾਪੂ ਅਤੇ ਪੀਖੂ ਅਤੇ ਫਕੀਰ ਦੇ ਦੀ ਗੱਲਬਾਤ ਬਾਤ ਤੋਂ ਹਰਿਆਵਲ ਦੇ ਵਿੱਚ ਬੀਜਣ ਅਰਥਾਤ ਥਾਂ ਥਾਂ ਤੇ ਦੁੱਖ ਲਗਾਉਣ ਦੀ ਪੇਰਨਾ ਮਿਲਦੀ ਹੈ ਹੈ ਕਿ ਸਤਮਾ ਡਾਕਟਰ ਮਹਿੰਦਰ ਸਿੰਘ ਰਧਾਵਾ ਕਿੱਥੇ ਦੇ ਜੰਪਾ ਸਨ ਉਹਨਾਂ ਨੇ ਕਿਹੜੀ ਕਿਹੜੀ ਵਿਦਿਗ ਜੋਤਾਂ ਪ੍ਰਾਪਤ ਕੀਤੀਆਂ ਡਾਕਟਰ ਮਹਿੰਦਰ ਸਿੰਘ ਰਧਾਵਾ ਪੰਜਾਬ ਦੇ ਜੰਪਾ ਸਨ ਆਮ ਤੌਰ ਤੇ ਉਹ ਤੋਂ ਐਮ ਐਸ ਐਮ ਐਸ ਸੀ ਕਰਨ ਮਗਰੋਂ 1934 ਵਿੱਚ ਲੰਡਨ ਤੋਂ ਆਈਐਸ ਆਈਸੀਐਸ ਦੀ ਪ੍ਰਤੀਯੋਗਤਾ ਪਾਸ ਕੀਤੀ। ਮਨਸਪਤੀ ਵਿਗਿਆਨ ਸਬੰਧੀ ਖੋਜ ਕੰਤ ਤੇ ਆਪ ਨੂੰ ਪੰਜਾਬੀ ਯੂਨੀਵਰਸਿਟੀ ਤੇ ਤੇ ਡਾਕਟਰ ਦੀ ਡਿਗਰੀ ਦਿੱਤੀ। ਅਗੇਗਾ 8ਵਾਂ। ਥੋਪਚੀਆਂ ਦੇ ਸਰਦਾਰ ਦੇ ਪੰਜਾਬ ਕਾਲ ਨੂੰ ਕੀ ਕਿਹਾ ਸੀ? ਤੂਫੀਜੇ ਦੇ ਸਰਦਾਰ ਨੇ ਦੁਸ਼ਮਨ ਦੀਆਂ ਗੋਲੀਆਂ ਦੇ ਤੋਂ ਡਰ ਕੇ ਡਰ ਕੇ ਪਰਿਵਾਰ ਸਮੇਤ ਛੱਡਣ ਲਈ ਤਿਆਰ ਹੋਇਆ ਪੰਜਾਬ ਕੋਰ ਨੇ ਕਿਹਾ ਕਿ ਜਿੰਨਾ ਚਿਰ ਉਹ ਜਿਉਂਦੇ ਹਨ ਉਹਨਾਂ ਚਿਰ ਕੋਈ ਵੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਇਹਦਾ ਪਾਬਸੀ ਕੀ ਪੰਜਾਬ ਕੋਰ ਤੇ ਉਸ ਦਾ ਪਰਿਵਾਰ ਉੱਥੇ ਉੱਥੋਂ ਨਾ ਜਾਵਣ ਅੱਗੇ ਅੱਗੇ ਦਸਵਾ ਮੁਹਾਵਰੇ ਖੇਤ ਲਿਖੇ ਮੁਹਾਵਰੇ ਵਿੱਚੋਂ ਕਿਹ ਕਿਹੇ ਪੰਜ ਮੁਹਾਵਰੇ ਨੂੰ ਵਾਕਾਂ ਵਿੱਚ ਵਰਤੋ ਜੀ ਪਹਿਲੇ ਕੇ ਦੰਦ ਕੱਢਨੇ ਅਜੀਆ ਹੱਸਾ ਜੋ ਦੂਜੇ ਨੂੰ ਚੰਗਾ ਨਾ ਲੱਗੇ ਕਲਾਸ ਵਿੱਚ ਜਦੋਂ ਅਧਿਆਪਕ ਪੜਾ ਰਿਹਾ ਸੀ ਪਿੱਛੇ ਬੈਠੇ ਗਗਨ ਦਾ ਪਤਾ ਨਹੀਂ ਕਿਹੜੀ ਗੱਲੋਂ ਦੰਦ ਕੱਢ ਰਿਹਾ ਸੀ ਅਗੇ ਥੁੱਕ ਕੇ ਚਤਨਾ ਕਿਤੇ ਇਕਰਾਰ ਤੋਂ ਮੁੱਕ ਜਣਾ ਥੁੱਕ ਕੇ ਚਤਨਾ ਚਤਨਾ ਇੱਜ਼ਤ ਬਾਰੇ ਲੋਕਾਂ ਦਾ ਕੰਮ ਨਹੀਂ ਹੈ ਇਸ 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 ਤਰ੍ਹਾਂ ਦੇ ਬੰਦੇ ਇਤਵਾਰ ਜਾਂਦਾ ਰਹਿੰਦਾ ਹੈ ਅਗੇ ਤੀਸਰੇ ਕੇ ਥਸਥ ਕੰਮਣਾ ਬਹੁਤ ਦਲ ਜਣਾ ਪੁਸ ਇਨਸਪੈਕਟਿਵ ਦੇਖ ਕੇ ਰਿਸ਼ਵਤ ਲੈਣ ਵਾਲਾ ਕਰ ਕੱਥਲ ਤੋਂ ਕੰਮਣ ਲੱਗ ਪਿਆ ਦੰਦ ਖੱਤੇ ਦਾ ਨਾਮ ਤਾਂ ਹਰਾ ਦੇਣਾ ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਤੇ ਕਰ ਦਿੱਤੇ ਥੋਲਿਆਂ ਦੀ ਰਾਜ ਰੱਖਣੀ ਬਿਲਦਰੀਆਂ ਕੇ ਇਲਹਾਸ ਕਰਨਾ ਮਾਪੇ ਨੇ ਪੁੱਤਰ ਨੂੰ ਦੁਖੀ ਹੋ ਕੇ ਕਿਹਾ ਕਿ ਉਹ ਪੜਾ ਕੰਮ ਪੜਾ ਕੰਮ ਛੱਡ ਦੇਵੀਂ ਤੇ ਉਹਨਾਂ ਦੇ ਥੋਲਿਆਂ ਦੀ ਰਾਜ ਰੱਖੇ ਪਾਪੜ ਬੇਲਣਾ ਮਤਲਬ ਬਾਹਨ ਲਾਉਣੀ ਜਿਸ ਵੀ ਨੂੰ ਅਜੀਬ ਨੌਕਰੀ ਨਹੀਂ ਮਿਲੀ ਤੇ ਉਹ ਰੋਟੀ ਉਹ ਰੋਟੀ ਪਕਾਉਣ ਲਈ ਕਈ ਪਾਪੜ ਬੇਲਦੀ ਹੈ ਕਮਾਉਣ ਲਈ ਪਕਾਉਣ ਨਹੀਂ ਕਮਾਉਣ ਨੂੰ ਅੱਗੇ ਸਤਿਮਾ ਫਿੱਕੇ ਪੈਣਾ ਸ਼ਰਮਿੰਦੇ ਹੋਣਾ ਜਦੋਂ ਉਹ ਦੂਜੀ ਵਾਰ ਚੋਰੀ ਕਰਦਾ ਫੜਿਆ ਗਿਆ ਤਾਂ ਉਹ ਸਾਹਮਣੇ ਉਹ ਉਹ ਸਾਰਿਆਂ ਸਾਹਮਣੇ ਫਿੱਕਾ ਪੈ ਗਿਆ ਅੱਗੇ ਪ੍ਰਸ਼ਨ ਨੰਬਰ 11 ਬਾਗ ਵਿੱਚੋਂ ਨਾਮ ਪਛਾਣੋ ਕੁਲਦੀਪ ਕੋਲ ਇੱਕ ਕਿਤਾਬ ਹੈ ਇਦਾਂ ਸਾਰੀ ਕੁਲਦੀਪ ਕੁਲਦੀਪ ਵੀ ਇੱਕ ਨਾਮ ਆ ਅੱਗੇ ਅਗੇ ਕਿਸੇ ਇੱਕ ਵਿਸ਼ੇ ਤੇ ਲਿਖ ਲਿਖੋ ਸਹੀਦ ਭਗਤ ਸੰਗਤ ਤੇ ਲਿਖ ਲਿਖਣਾ ਜਾਂ ਤੁਸੀਂ ਲਿਖ ਦੇਣਾ ਸਿਨੇਮੇ ਦੇ ਲਾਭ ਤੇ ਹਾਨੀਆਂ ਇਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਲੇਖ ਲਿਖ ਸਕਦੇ ਹੋ ਅੱਗੇ ਗਏ ਫੀਸ ਮਾਫੀ ਲਈ ਅਜੀ ਸੇਵਾ ਵਿਖੇ ਸ਼੍ਰੀ ਮਾਨ ਮੁਖਧਿਆਪਕ ਜੀ ਮੋਰਡ ਪਬਲਿਕ ਸਕੂਲ ਨਮਾਸ਼ਹਿਰ ਨਮਸਾਹਿਰ ਸ਼੍ਰੀਮਾਨ ਜੀ ਮੈਂ ਆਪਰੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜਦਾ ਹਾਂ ਮੈਂ ਪੜਾਈ ਵਿੱਚ ਬਹੁਤ ਹੁਸ਼ਿਆਰ ਹਾਂ ਅਤੇ ਮੇ ਅਤੇ ਜਮਾਤ ਦਾ ਮਾਨੀਟਰ ਜੀ ਹਾਂ ਮੇਰੇ ਪਿਤਾ ਜੀ ਇੱਕ ਛੋਟੇ ਦੁਕਾਨਦਾਰ ਹਨ ਉਹ ਮੇਰੀ ਸਕੂਲ ਦੀ ਫੀਸ ਨਹੀਂ ਦੇ ਸਕਦੇ ਉਹ ਮੈਨੂੰ ਪੜਾਈ ਬੰਦ ਕਰਨ ਲਈ ਆਖਦੇ ਹਨ ਇਸ ਲਈ ਆਪ ਆਪ ਨੂੰ ਬੇਨਤੀ ਹੈ ਕਿ ਮੇਰੀ ਫੀਸ माफ ਕਰਨ ਦੀ ਕਿਰਪਾ ਕਰੋ ਤਾਂ ਕਿ ਮੈਂ ਆਪਣੀ ਪੜਾਈ ਜਾਰੀ ਰੱਖ ਸਕਾਂ ਧੰਨਵਾਦ ਸਹਿਤ ਆਪਕ ਜੀ ਦਾ ਅਗਰੇ ਕਲੀ ਨਾਮ ਰੋ ਨੰਬਰ ਕਲਾਸ ਦੇ ਅਗੇ ਮਿੱਟੀ ਲਿਖ ਦੇਣੀ ਆ ਕਵੈਸਚਨ ਨੰਬਰ 14 ਹੇਠਾਂ ਦਿੱਤੇ ਸ਼ਬਦਾਂ ਜਾਰੀ ਵਿੱਚ ਦੱਬੇ ਵਿੱਚੋਂ 8 ਸਾਰਥਕ ਸ਼ਬਦ ਚੁਣ ਕੇ ਲਿਖੋ ਇਹ ਜੋ ਅੱਠ ਸੌ ਚੀ ਲਿਖਿਆ ਜਿਵੇਂ ਮੈਂ ਇਸ ਉੱਤੇ ਕਲਿੱਕ ਕਰੀ ਹੋਣੀ ਚਾਹੀਦੀ ਤਾਂ ਮਾਤਾ ਮਿੱਤਰ ਜ਼ਰੂਰਤ ਸਹੇਲੀ ਸਫਲਤਾ ਸੁਗਾੜ ਸੁਗਾਟ ਕਹਾਣੀ ਵਧਾਈ ਅੱਗੇ ਹੈਗਾ 15ਵਾਂ ਨਾਮ ਦੀ ਪਰਿਭਾਸ਼ਾ ਲਿਓ ਜਿਹੜੇ ਸ਼ਬਦ ਤੋਂ ਕਿਸੇ ਜੀਵ ਵਸਤੂ ਜੀਵ ਗੁਣ ਸਥਾਨ ਵਸਤੂ ਪਾਵ ਆਂਦਰਾ ਬੋਧ ਹੁੰਦਾ ਹੈ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਰਮਨ ਮੇਜ਼ ਜਲੰਦਰ ਜਮਾਤ ਪਾਣੀ ਮੂਰ ਆਂਦੀ ਤੇਪੇ ਪੇ ਦੋਸਤੋ ਐਥੀ ਇਸ ਸਮਾਪਤ ਹੁੰਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਹੋ ਸਕਦਾ ਹੈ ਕਿ ਆਪਾਂ ਇਹ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਕੇ ਜਰੂਰ ਜਣਾ ਓਕੇ ਦੋਸਤੋ